ਦੋਸਤੋ ਅਸੀਂ ਜ਼ਿੰਦਗੀ ਵਿੱਚ ਕਈ ਵਾਰੀ ਸੋਚਦੇ ਆ ਕਿ ਕਿਉਂ ਨਹੀਂ ਦੁਨੀਆ ਦੇ ਗਰੀਬ ਮੁਲਕ ਆਪਣੇ ਮੁਲਕ ਦੀ ਗਰੀਬੀ ਨੂੰ ਦੂਰ ਕਰਨ ਲਈ ਤੇ ਆਪਣੇ ਆਪ ਨੂੰ ਇਕਨੋਮਿਕਲੀ ਸਟਰੋਂਗ ਕਰਨ ਦੇ ਲਈ ਬਹੁਤ ਸਾਰੀ ਕਰੰਸੀ ਛਾਪਦੇ ਦੋਸਤੋ ਇਸ ਦਾ ਸਿੱਧਾ ਜਿਹਾ ਜਵਾਬ ਆ ਕਿ ਕਿਸੇ ਵੀ ਮੁਲਕ ਦੇ ਵਿੱਚ ਕਿੰਨੀ ਕਰੰਸੀ ਛਪੇਗੀ ਜਾਂ ਕਿੰਨੀ ਕਰੰਸੀ ਹੋਏਗੀ ਇਹ ਡਿਪੈਂਡ ਕਰਦਾ ਆ ਉੱਥੋਂ ਦੀ ਸੇਲਸ ਐਂਡ ਗੁੱਡ ਸਰਵਿਸਿਜ਼ ਤੇ ਉੱਤੇ ਹੁਣ ਦੋਸਤੋ ਜੇ ਅਸੀਂ ਇਸ ਨੂੰ ਪੰਜਾਬੀ ਵਿੱਚ ਵਿਆਖਿਆ ਕਰੀਏ ਤਾਂ ਕਿਸੇ ਵੀ ਮੁਲਕ ਦੇ ਪ੍ਰਾਕ੍ਰਿਤਿਕ ਸਰੋਤ ਵਸਤੂਆਂ ਤੇ ਸੇਵਾਵਾਂ ਇਹ ਤੈਅ ਕਰਦੀਆਂ ਆ ਕਿ ਉੱਥੇ ਕਰੰਸੀ ਦਾ ਫਲੋ ਕਿੰਨਾ ਹੋਏਗਾ ਦੋਸਤੋ ਹਰ ਮੁਲਕ ਦੇ ਵਿੱਚ ਇੱਕ ਸੈਂਟਰਲ ਬੈਂਕ ਹੁੰਦੀ ਆ ਜਿਹੜੀ ਇਸ ਨੂੰ ਮੈਨੇਜ ਕਰਦੀ ਆ ਤੇ ਭਾਰਤ ਦੇ ਵਿੱਚ ਆਰਬੀਆਈ ਰਿਜ਼ਰਵ ਬੈਂਕ ਆਫ ਇੰਡੀਆ ਜਿਹੜੀ ਆ ਉਹ ਇਸ ਨੂੰ ਦੇਖਦੀ ਆ ਹੁਣ ਦੋਸਤੋ ਅੱਗੇ ਅਸੀਂ ਗੱਲ ਕਰਾਂਗੇ ਕਿ ਜਿਹੜੀਆਂ ਇਹ ਤਿੰਨੋਂ ਚੀਜ਼ਾਂ ਮੈਂ ਤੁਹਾਨੂੰ ਦੱਸੀਆਂ ਆ ਇਹ ਕਿਸੇ ਵੀ ਮੁਲਕ ਦੇ ਵਿੱਚ ਇੱਕ ਲਿਮਿਟ ਤੱਕ ਹੁੰਦੀਆਂ ਆ ਕਿਸੇ ਹੱਦ ਤੱਕ ਹੁੰਦੀਆਂ ਆ ਤੇ ਜੇ ਅਸੀਂ ਕਰੰਸੀ ਦਾ ਫਲੋ ਜਿਆਦਾ ਕਰ ਦਈਏ ਤੇ ਉਸ ਮੁਲਕ ਦੇ ਵਿੱਚ ਹੋ ਜਾਂਦੀ ਆ ਇਨਫਲੇਸ਼ਨ ਇਸ ਦਾ ਪੰਜਾਬੀ ਦੇ ਵਿੱਚ ਮਤਲਬ ਹੈ ਮਹਿੰਗਾਈ ਹੁਣ ਦੋਸਤੋ ਇਹ ਮੈਂ ਤੁਹਾਨੂੰ ਸਾਰਾ ਇੱਕ ਉਦਾਹਰਨ ਦੇ ਨਾਲ ਐਕਸਪਲੇਨ ਕਰਾਂਗਾ ਦੋਸਤੋ ਮੰਨ ਲਓ ਕਿਸੇ ਮੁਲਕ ਦੇ ਵਿੱਚ ਤਿੰਨ ਬੰਦੇ ਰਹਿ ਰਹੇ ਆ ਉਹਨਾਂ ਦਾ ਨਾਮ ਹੈ ਐਕਸ ਵਾਈ ਜ਼ੈਡ ਉੱਥੋਂ ਦੀ ਗਵਰਨਮੈਂਟ ਦੁਕਾਨਦਾਰ ਨੂੰ ਕਹਿੰਦੀ ਆ ਕਿ ਤੁਸੀਂ 90 ਕਿਲੋ ਰਾਈਸ ਜਿਹੜੇ ਆ ਇਹ ਤਿੰਨਾਂ ਬੰਦਿਆਂ ਦੇ ਵਿੱਚ ਵੇਚਣੇ ਆ ਹੁਣ ਦੋਸਤੋ ਮੰਨ ਲਓ ਐਕਸ ਦੇ ਕੋਲ ਆ 500 ਰੁਪਈਆ Y ਦੇ ਕੋਲ ਆ 300 ਰੁਪਇਆ ਤੇ Z ਦੇ ਕੋਲ ਆ 100 ਰੁਪਇਆ ਦੁਕਾਨਦਾਰ ਜਿਹੜਾ ਆ ਉਹ 90 ਕਿਲੋ ਰਾਈਸ ਜਿਹੜੇ ਹੈਗੇ ਆ ਉਹ 1 ਕਿਲੋ ਦੀ ਕੀਮਤ ਰੱਖਦਾ ਆ 10 ਰੁਪਏ X ਦੇ ਕੋਲ 500 ਦੇ ਹਿਸਾਬ ਨਾਲ 50 ਕਿਲੋ ਰਾਈਸ ਆਂਦੇ ਆ Y ਦੇ ਕੋਲ 300 ਦੇ ਹਿਸਾਬ ਨਾਲ 30 ਕਿਲੋ ਰਾਈਸ ਆਂਦੇ ਆ ਤੇ Z ਦੇ ਕੋਲ 100 ਰੁਪਏ ਦੇ ਹਿਸਾਬ ਨਾਲ 10 ਕਿਲੋ ਰਾਈਸ ਆਂਦੇ ਆ ਦੋਸਤੋ ਹੁਣ ਗਵਰਨਮੈਂਟ ਕਹਿੰਦੀ ਆ ਕਿ ਅਸੀਂ ਜਿਹੜੀ ਆ ਨੋਟ ਛਾਪ ਲਈ ਆ ਤੇ ਅਸੀਂ ਇਹਨਾਂ ਨੂੰ ਸਾਰਿਆਂ ਨੂੰ ਪੈਸੇ ਡਬਲ ਕਰ ਦੇਣੇ ਆ x ਦੇ ਕੋਲ 1000 ਆ ਗਿਆ y ਦੇ ਕੋਲ ਆ ਗਿਆ 600 ਤੇ z ਦੇ ਕੋਲ ਆ ਗਿਆ 200 ਦੋਸਤੋ ਦੁਕਾਨਦਾਰ ਨੂੰ ਜਦੋਂ ਪਤਾ ਲੱਗਦਾ ਆ ਉਹ ਵੀ ਕੀ ਕਰਦਾ ਆ ਜਿਹੜੀ ਕੀਮਤ ਉਸਨੇ 10 ਰੁਪਏ ਰੱਖੀ ਹੁੰਦੀ ਆ ਪ੍ਰਤੀ ਕਿਲੋ ਉਹ ਕਰ ਦਿੰਦਾ ਆ 20 ਰੁਪਏ ਦੋਸਤੋ ਹੁਣ x ਜਿਹੜਾ ਆ ਉਹ 1000 ਰੁਪਇਆ ਲੈ ਕੇ ਜਾਂਦਾ ਆ ਰਾਈਸ ਉਸ ਨੂੰ ਮਿਲਦੇ ਆ 50 ਕਿਲੋ y ਲੈ ਕੇ ਜਾਂਦਾ ਆ ਆਪਣਾ 600 ਰੁਪਇਆ ਰਾਈਸ ਉਸ ਨੂੰ ਮਿਲਦੇ ਆ 30 ਕਿਲੋ ਤੇ z ਜਿਹੜਾ ਆ ਉਹ ਲੈ ਕੇ ਜਾਂਦਾ ਆ 200 ਰੁਪਇਆ ਤੇ ਰਾਈਸ ਉਸ ਨੂੰ ਮਿਲਦੇ ਆ 10 ਕਿਲੋ ਤੇ ਦੋਸਤੋ ਇਸ ਸਾਰੇ ਦਾ ਗੱਲ ਦਾ ਨਤੀਜਾ ਇਹ ਹੀ ਨਿਕਲਦਾ ਆ ਕਿ ਡਬਲ ਮਨੀ ਕਰਨ ਦੇ ਨਾਲ ਸਿਰਫ ਕੀ ਹੋਇਆ ਮਹਿੰਗਾਈ ਵਧੀ ਇਨਫਲੇਸ਼ਨ ਹੋਈ ਉਹ ਦੋਸਤੋ ਜ਼ਿੰਬਾਬਵੇ ਨੇ ਵੀ ਇਦਾਂ ਹੀ ਕੀਤਾ ਸੀਗਾ ਉਸਨੇ ਆਪਣੇ ਦੇਸ਼ ਵਿੱਚ ਬਹੁਤ ਸਾਰੇ ਨੋਟ ਛਾਪ ਲਏ ਜਿਸ ਦਾ ਨਤੀਜਾ ਕੀ ਨਿਕਲਿਆ ਉੱਥੇ ਬ੍ਰੈਡਲੈਂਡ ਦੇ ਲਈ ਵੀ ਲੋਕੀ ਜੇਬਾਂ ਭਰ-ਭਰ ਕੇ ਡਾਲਰ ਲੈ ਕੇ ਜਾਂਦੇ ਸੀ ਤੇ ਜਿਹੜਾ 1 ਡਾਲਰ ਸੀਗਾ ਉਹਦੀ ਐਵਰੇਜ ਉਹਦੇ ਬਦਲੇ ਤੁਹਾਨੂੰ 25 ਮਿਲੀਅਨ ਜ਼ਿੰਬਾਬੀਅਨ ਡਾਲਰ ਮਿਲਦੇ ਸੀਗੇ ਦੋਸਤੋ ਜੇ ਸੰਖੇਪ ਚ ਦੇਖਿਆ ਜਾਵੇ ਤਾਂ ਜਿਹੜੇ ਨੋਟ ਆ ਉਹ ਹਨ ਮੀਡੀਅਮ ਆਫ ਐਕਸਚੇਂਜ ਇੱਕ ਸਾਧਨ ਤੇ ਜੇ ਸਾਡੇ ਕੋਲ ਪ੍ਰਕਿਰਤਿਕ ਸਰੋਤ ਵਸਤੂਆਂ ਤੇ ਸੇਵਾਵਾਂ ਹੀ ਲਿਮਟਿਡ ਹੋਣਗੀਆਂ ਤੇ ਨੋਟਾਂ ਦੇ ਹੋਣ ਦੇ ਨਾਲ ਉਸ ਦੇਸ਼ ਦੇ ਵਿੱਚ ਮੰਧਾਈ ਵਧੇਗੀ ਕੋਈ ਹੋਰ ਹੱਲ ਨਹੀਂ ਹੋਏਗਾ ਜੇ ਤੁਹਾਨੂੰ ਵੀਡੀਓ ਚੰਗੀ ਲੱਗੀ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ। ਬਾਕੀ ਤੁਸੀਂ ਹਮੇਸ਼ਾ ਖੁਸ਼ ਰਹੋ ਜਿਉਂਦੇ ਵਸਤੇ ਰਹੋ।